Yeah.
कोई कंठो एहो विचार जो उतरे कोई कंठो क्यों सच यारा होई कोई कंठो सवाल किया है। एक अलवक्ती गुरु नानक किसी ते सवाल करके उन्हें कंफ्यूजन ली पटकन ली छाड़ नहीं दिता। उन्हें पता है क्यों जी सवाल जीवन दिया औकड़ वाले हर कोई बुझारत बुझ नहीं सकता। सवाल पे करता है तेरी विचारधारा की उसारी ले ताकि तेनु सोचन दा स्वभाव बने आदत बने औकड़ा ते जीवन में चाहे किते उस औकड़ तो घबराया होया रोई छड़ जाए जीवन तो ही मुनकर हो जाए सवाल करता है ना उठे साइड के नाल जवाब रख देता है ताकि घबराए ना जे तेनू आप ना समझ ना आवे तो आगे उन्होंने कुछ ये गल वक्री है कि असी आप भी नहीं समझ सकते पे तो गुरु नानक को भी नहीं पूछ दुकान का कारण जरूरी नहीं हर एक उस औखे सवाल का जवाब पता लग जाए कम से कम जे ना पता लगे पूछते लेने चाहिए गुरु नानक ने सवाल रखे
ਨਾਲ ਤੇਰੀ ਭਵਿੱਖ ਦੀ ਪਰੇਸ਼ਾਨੀ ਤੋਂ ਬਚਾਉਣ ਲਈ ਜਵਾਬ ਰੱਖ ਦਿੱਤਾ ਸੀ ਲੈ ਜੇ ਤੈਨੂੰ ਸਮਝਣਾ ਆਵੇ ਤਾਂ ਗੁਰੂ ਨਾਨਕ ਦਾ ਜਵਾਬ ਆਈ ਹੁਣ ਇਹ ਵੀ ਇੱਕ ਸਵਾਲ ਸੀ ਔਰ ਬੜਾ ਇੱਕ ਐਸਾ ਸਵਾਲ ਹੈ ਜਿਹੜਾ ਹਰ ਦੁਨੀਆਂ ਦੇ ਮਨੁੱਖ ਦੇ ਸਾਹਮਣੇ ਔਕੜ ਬਣਿਆ ਹੋਇਆ ਹੈ ਜਿਹੜਾ ਹਰ ਮਨੁੱਖ ਦੇ ਸਾਹਮਣੇ ਖੜਾ ਹੈ ਸੱਚ ਕਾਲ ਪੂਰ ਵਰਤੇ ਸੱਚ ਛੁਪ ਗਿਆ ਸਰਵ ਧਰਮ ਦੇ ਛਾਪ ਖਲੋਏ ਕੂੜ ਫਿਰੇ ਪ੍ਰਧਾਨ ਦੇ ਲਾਲੋ ਕੂੜ ਲਫ਼ਜ਼ ਇੱਕ ਉਹ ਹੈ ਜਿਹੜਾ ਅੱਜ ਦੇ ਯੁੱਗ ਵਿੱਚ ਪ੍ਰਧਾਨਤਾ ਕਰ ਰਿਹਾ ਹੈ ਹਰ ਪਾਸੇ ਛਾਇਆ ਹੋਇਆ ਹੈ ਹੁਣ ਇਹ ਗੱਲ ਅਜੀਬ ਹੈ ਵੀ ਗੁਰੂ ਨਾਨਕ ਵੀ ਬਾਣੀ ਵਿੱਚ ਕਹਿ ਰਹੇ ਹਨ ਕਿ ਜਣ ਨਾਨਕ ਜਿਸ ਦੇ ਇਹ ਚਲਤ ਹੈ ਕੌਤਕ ਇਹ ਨਜ਼ਾਰਾ ਜਿਸ ਦਾ ਪੈਦਾ ਕੀਤਾ ਹੋਇਆ ਕੂੜ ਕਿਸੇ ਹੋਰ ਨੇ ਥੋੜ੍ਹਾ ਪੈਦਾ ਕੀਤਾ ਮੈਂ ਫਰਜ਼ ਕੀਤੀ ਸੀ ਗੁਰਬਾਣੀ ਵਿੱਚ ਲਫ਼ਜ਼ ਆਇਆ ਕਿ ਬਿਖ ਅੰਮ੍ਰਿਤ ਕਰਤਾਰ ਉਪਾਏ ਉਹਨੇ ਅੰਮ੍ਰਿਤ ਪੈਦਾ ਕੀਤਾ ਜ਼ਹਿਰ ਵੀ ਉਸੇ ਨੇ ਪੈਦਾ ਕੀਤਾ ਸੰਸਾਰ ਬਿਰਖ ਕੋ ਦੋਏ ਫਲ ਲਾਏ ਸੰਸਾਰ ਦੇ ਬਿਰਖ ਨਾਲ ਉਹਨੇ ਜ਼ਹਿਰ ਤੇ ਅੰਮ੍ਰਿਤ ਦੋਨੋਂ ਹੀ ਲਗਾ ਦਿੱਤੇ ਤੇ ਕੋਈ ਆਖੇ ਜ਼ਹਿਰ ਤੇ ਅੰਮ੍ਰਿਤ ਦੀ ਕੋਈ ਫਰਕ ਹੀ ਨਹੀਂ ਉਹਨੇ ਪੈਦਾ ਕੀਤਾ ਇਹ ਵੀ ਉਹਨੇ ਪੈਦਾ ਕੀਤਾ ਕੀ ਫਰਕ ਤੇ ਕਨਫਿਊਜ਼ ਨਾ ਹੋ ਜਾਏ ਕਿਤੇ ਜ਼ਹਿਰ ਤੇ ਅੰਮ੍ਰਿਤ ਨੂੰ ਬਰਾਬਰ ਸਮਝ ਕੇ ਅੰਮ੍ਰਿਤ ਦੀ ਬਜਾਏ ਜ਼ਹਿਰ ਦਾ ਸੇਵਨ ਨਾ ਕਰ ਲਵੇ ਇਹ ਵੀ ਤੋਸੇ ਦਾ ਪੈਦਾ ਕੀਤਾ ਹੋਇਆ ਮੈਂ ਇਸ ਕੀਤੀ ਨਾਲ ਛੁਪਾ ਕੇ ਨਾਲ ਉਹਦਾ ਜਵਾਬ ਵੀ ਰੱਖ ਦਿੱਤਾ ਸੀ ਔਕੜ ਤੋਂ ਬਚਾਉਣ ਵਾਸਤੇ ਤੇ ਇਸੇ ਸ਼ਬਦ ਦੇ ਨਾਲ ਅੱਗੇ ਕਹਿ ਦਿੱਤਾ ਕਹਿਣ ਲੱਗੇ ਬਿਖਿਆ ਕੀ ਵਾਸਨਾ ਮਨੇ ਕਰੇ ਬਣਾਏ ਉਹਨੇ ਨੇ ਬਿਖ ਤੇ ਅੰਮ੍ਰਿਤ ਪਰ ਵਿਸ਼ਿਆ ਦੀ ਬਿਖ ਦੀ ਜ਼ਹਿਰ ਦੀ ਤਾਂ ਵਾਸਨਾ ਵੀ ਤੇਰੇ ਮਨ ਵਿੱਚ ਨਹੀਂ ਪੈਦਾ ਹੋਣੀ ਸੀ ਮਨਾ ਕਰਦਾ ਇਹ ਤਾਂ ਆਹ ਸੇਵਨ ਕਰੇ ਭੁਲੇਖਾ ਦੂਰ ਕਰਤਾ ਕਿਤੇ ਭੁਲੇਖਾ ਨਾ ਪੈ ਜਾਵੇ ਇਸੇ ਤਰ੍ਹਾਂ ਸੱਚ ਤੇ ਕੂੜ ਦਾ ਮਸਲਾ ਹੈ ਪੈਦਾ ਕੀਤਾ ਸੀ ਔਰ ਇੰਨਾ ਪ੍ਰਭਾਵਸ਼ਾਲੀ ਕੂੜ ਪੈਦਾ ਕੀਤਾ ਸੀ ਕਈ ਵਾਰ ਸੱਚ ਜਿਹੜਾ ਹੈ ਉਹ ਸਾਹਮਣੇ ਨਹੀਂ ਆਉਂਦਾ ਕੂੜ ਪ੍ਰਧਾਨ ਹੋ ਜਾਂਦਾ ਹੈ ਕੂੜ ਫਿਰੇ ਪ੍ਰਧਾਨ ਉਹ ਸਿੱਧਾ ਸੰਬੰਧ ਹੀ ਹੁੰਦਾ ਆਮ ਮਨੁੱਖਤਾ ਨਾਲ ਸਵਾਲ ਵਿਚਾਰ ਸਾਂਝੇ ਕਰਨਾ ਚਾਹੁੰਦਾ ਗੁਰਬਾਣੀ ਦਾ ਇੱਕ ਸ਼ਬਦ ਹੈ ਜਿਹਦੇ ਵਿੱਚ ਕਹਿੰਦੇ ਹੁੰਦੇ ਸਿੱਖਦਾਰ ਤਿੰਨ ਲਫ਼ਜ਼ ਦੇ ਹੁਣ ਇਹਨਾਂ ਤਿੰਨਾਂ ਲਫ਼ਜ਼ਾਂ ਨੂੰ ਅਸੀਂ ਸਮਝਣਾ ਹੈ ਰਾਜਾ ਬਾਦਸ਼ਾਹ ਮਹਿਤਾ ਵਜ਼ੀਰ ਉਹਦਾ ਮੇਨ ਸਲਾਹਕਾਰ ਤੇ ਕੂੜ ਜਿਹੜਾ ਉਹ ਹੈ ਸਿੱਖਦਾਰ ਭਾਵ ਸ਼ਹਿਰ ਦਾ ਆਫੀਸਰ ਹੁਣ ਤੁਸੀਂ ਸੋਚੋ ਕਿ ਆਮ ਮਨੁੱਖ ਦਾ ਸੰਬੰਧ ਕਿਹਦੇ ਨਾਲ ਹੁੰਦਾ ਦੁਨੀਆਂ ਅੰਦਰ ਕਿਹਦਾ ਵਰਤਦਾ ਪਾਤਸ਼ਾਹ ਤਾਂ ਬੈਠਾ ਮਹਿਲਾਂ ਵਿੱਚ ਉਹਦਾ ਹੁਕਮ ਵੀ ਜੇ ਸੰਸਾਰ ਵਿੱਚ ਵਰਤਣਾ ਹੈ ਤੇ ਸਿੱਖਦਾਰ ਦੇ ਰਾਹੀਂ ਵਰਤਣਾ ਜਿਹੜਾ ਆਫਿਸ ਡੀ ਸੀ ਦੇ ਰਾਹੀਂ ਐਸ ਪੀ ਦੇ ਰਾਹੀਂ ਪਬਲਿਕ ਨਾਲ ਸੰਬੰਧ ਤਾਂ ਹੁੰਦੇ ਨੇ ਸਿੱਖਦਾਰ ਉਹ ਨੇ ਜਿਹਨੂੰ ਆਪਾਂ ਕਹਿੰਦੇ ਅਫਸਰ ਸ਼ਾਹੀ ਸਿੱਧਾ ਸੰਬੰਧ ਤਾਂ ਉਹਨਾਂ ਪਾਤਸ਼ਾਹ ਨੇ ਕੋਈ ਰੋਜ਼ ਥੋੜ੍ਹਾ ਆਉਣਾ ਕੋਈ ਥੋੜ੍ਹਾ ਆਉਣਾ ਸੁਣਨ ਵਾਸਤੇ ਉਹਨਾਂ ਦਾ ਦੁੱਖ ਸੁੱਖ
वजीर ने रोज थोड़ा होना, कोई प्राइम मिनिस्टर होना, कोई वजीर होता मिनिस्टर नहीं, उठे थे हर काल हर आदमी दी पहुंच डीसी तक ऐसे इस दस बाद वो सिकदार में उन तीन लफ्ज़ में जोड़े आए कहते ने लाभते पाप ता वो राजा मेहता ने पर कूड़ की है जिन दस दस बाद साढ़े नौ है साढ़े बीस मर्द तो हो रहे हैं ਜਿਵੇਂ ਸਾਡੇ ਨੇੜੇ ਤਾਂ ਡੀਸੀ ਹੈ ਪ੍ਰਾਈਮ ਮਿਨਿਸਟਰ ਨੇ ਤਾਂ ਆਪਣੇ ਮਹੱਲਾ ਵਿੱਚ ਬੈਠੇ ਉਹਦਾ ਹੁਕਮ ਵੀ ਲਾਗੂ ਕਰਨਾ ਤੇ ਡੀਸੀ ਨੇ ਕਰਨਾ ਸ਼ਬਦਾਵਲੀ ਕਿਹੜੀ ਖੂਬਸੂਰਤ ਵਰਤੀ ਗੁਰੂ ਕਹਿੰਦੇ ਨੇ ਕੂੜ ਜਿਹੜਾ ਅਸਲ ਵਿੱਚ ਸਿੱਧਾ ਸਾਡੇ ਘਰਾਂ ਵਿੱਚ ਸਾਡੇ ਜੀਵਨ ਵਿੱਚ ਸਿੱਧਾ ਇਫੈਕਟ ਜਿਹੜਾ ਪ੍ਰਭਾਵ ਜਿਹੜਾ ਹੈ ਉਹ ਕੂੜ ਦਾ ਹੋ ਰਿਹਾ पाप धोए राजा मैता कूड़ हुआ सिकदार उन्हीं हर घर तक पहुंच हूँ कितने पहुंच है ये भी मसला नारा होने तो काई सी मनमुख बोल न जाननी उन अंदर काम क्रोध ਕਾਲ ਅਗਲੀ ਲਾਈਨ ਸੀ ਥਾਂ ਕਥਾਉਣ ਨਾ ਜਾਣੇ ਥਾਂ ਕਥਾ ਨੂੰ ਤੂੰ ਕਹਿੰਦੇ ਜੇ ਮੈਂ ਹੀ ਪਤਾ ਨਾ ਹੋਵੇ ਇੱਥੇ ਬੋਲਣਾ ਇੱਥੇ ਨਹੀਂ ਬੋਲਣਾ ਹੁਣ ਕੂੜ ਦਾ ਕੀ ਕੰਮ ਹੈ ਉਹ ਸਿਰਫ ਕਲੱਬਾਂ ਵਿੱਚ ਹੀ ਨਹੀਂ ਉਹ ਗੁਰਦੁਆਰਿਆਂ 'ਚ ਵੀ ਆ ਜਾਂਦਾ ਹੈ ਉਹ ਇਹ ਨਹੀਂ ਸੋਚਦਾ ਵੀ ਇਹ ਤਾਂ ਸੱਚ ਨਹੀਂ ਥਾਂ ਹਾਲਾਂਕਿ ਗੁਰੂ ਨੇ ਆਵਾਜ਼ ਦਿੱਤੀ ਇਹ ਉਹ ਸੱਚਾ ਸੋਹਿਲਾ ਸੱਚੇ ਘਰ ਗਾਵੋ ਸੱਚ ਜਿਹੜਾ ਉਹ ਸੱਚੇ ਦੇ ਘਰ ਵਿੱਚ ਹੋਣਾ ਚਾਹੀਦਾ ਸੱਚੇ ਦਾ ਘਰ ਹੈ ਭਾਵੇਂ ਉਹ ਮੰਦਰ ਹੈ ਭਾਵੇਂ ਉਹ ਠਾਕਰ ਦੁਆਰਾ ਹੈ ਭਾਵੇਂ ਚਰਚ ਹੈ ਭਾਵੇਂ ਗੁਰਦੁਆਰਾ ਹੈ ਆਖਰ ਤਾਂ ਸੱਚ ਦੇ ਨਾਮ ਨਾਲ ਜੁੜਿਆ ਹੋਇਆ ਉਹਨੂੰ ਧਰਮ ਸਥਾਨ ਕਹਿੰਦੇ ਧਰਮ ਸੱਚ ਹੈ ਬੋਲੀਏ ਸੱਚ ਧਰਮ ਝੂਠ ਨਾ ਬੋਲੀਏ ਧਰਮ ਸੱਚ ਹੈ ਤੇ ਜਿਹੜਾ ਧਰਮ ਸਥਾਨ ਖਵਾਉਂਦਾ ਉਹਦਾ ਸੰਬੰਧ ਸੱਚ ਨਾਲ ਤੇ ਜੇ ਧਰਮ ਸਥਾਨ ਤੇ ਖਲੋ ਕੇ ਕੋਈ ਝੂਠ ਬੋਲ ਰਿਹਾ ਹੈ ਤਾਂ ਇਹਦਾ ਮਤਲਬ ਕੂੜ ਜਿਹੜਾ ਹੈ ਉਹ ਥਾਂ ਕਥਾਉਂ ਵੀ ਨਹੀਂ ਸਮਝਦਾ ਇੱਥੇ ਬੋਲਣਾ ਇੱਥੇ ਨਹੀਂ ਬੋਲਣਾ ਉਹਦੀ ਹਰਤਾ ਪਹੁੰਚ ਹੈ ਉਹ ਡੀਸੀ ਹੋਇਆ ਬਾਦਸ਼ਾਹ ਤੇ ਕੋਈ ਬੁਲਾਏਗਾ ਤੇ ਕਿਸੇ ਦੇ ਘਰ ਜਾਏਗਾ ਡੀਸੀ ਜਿੱਥੇ ਮਰਜ਼ੀ ਆਸਤੀ ਜਿੱਥੇ ਮਰਜ਼ੀ ਚਲਾ ਜਾ ਇਨਕੁਆਰੀ ਵਾਸਤੇ ਤੇ ਗੁਰੂ ਨੇ ਇਹੋ ਗੱਲ ਆਖ ਦਿੱਤੀ ਬੜੀ ਸ਼ਬਦਾਵਲੀ ਸਪਸ਼ਟ ਵਰਤੀ ਕਹਿਣ ਲੱਗੇ ਲੰਬ ਪਾਪ ਦੋਹ ਰਾਜਾ ਮਹਿਤਾ ਕੂੜ ਹੋਆ ਸਿਕਦਾਰ ਹਰ ਥਾਂ ਤੇ ਬੋਲ ਸੱਚ ਕਾਲ ਨਤੀਜਾ ਕੀ ਹੋ ਰਿਹਾ ਅੱਜ ਸੰਸਾਰ ਵਿੱਚ ਕਿਉਂਕਿ ਕੂੜ ਹਰ ਥਾਂ ਤੇ ਪਹੁੰਚ ਰਿਹਾ ਹਰ ਹਿਰਦੇ ਤੱਕ ਉਹਦੀ ਪਹੁੰਚ ਆ ਜਿਹੜਾ ਸਵੇਰੇ ਉੱਠ ਕੇ ਨਿਤਨੇਮ ਕਰਦਾ ਉਹਦੇ ਵੀ ਦੋ ਘੰਟੇ ਬਾਅਦ ਅੰਦਰ ਕੂੜ ਆ ਜਾਂਦਾ ਹੈ ਫਿਰ ਉਹਦੇ ਕੋਲ ਬਹਾਨਾ ਕੀ ਬਣਨਾ ਲਓ ਜੀ ਉਹ ਮੇਰਾ ਨਿਤਨੇਮ ਦਿੰਦਾ ਸੀ ਮੇਰਾ ਬਿਜ਼ਨਸ ਦਾ ਟਾਈਮ ਹੈ ਮੇਰੀ ਤਾਂ ਬਿਜ਼ਨਸ ਚੱਲਦੀ ਨਹੀਂ ਜੇ ਮੈਂ ਝੂਠ ਛੱਡ ਦਿਆਂ ਬਹਾਨਾ ਬਣ ਗਿਆ ਦੋ ਘੰਟੇ ਬਾਅਦ ਤੂੰ ਝੂਠ ਬੋਲ ਸਕੇ ਗੁਰੂ ਨੇ ਖਿਆਲ ਦਿੱਤਾ ਇਹੋ ਗੱਲ ਬਾਣੀ ਅੰਦਰ ਮੈਂ ਹੈਰਾਨ ਹੁੰਦਾ ਕੈਸੇ ਕੈਸੇ ਖਿਆਲ ਨੇ ਸਤਿਗੁਰ ਦੀ ਬਾਣੀ ਵਿੱਚ ਗੁਰੂ ਕਹਿੰਦੇ ਨੇ
ਅਮਰ ਨਸ਼ਾ ਇੱਥੇ ਅਮਰ ਦਾ ਅਰਥ ਨਸ਼ਾ ਅਮਲੀ ਅਮਲ ਨਾ ਅੰਬੜੇ ਗੁਰਬਾਣੀ ਹੈ ਅਮਲੀ ਕਿਉਂਕਿ ਕਿਉਂਕਿ ਅਮਲਾਂ ਦਾ ਮਤਲਬ ਕਰਨੀ ਵੀ ਹੈ ਇੱਥੇ ਅਮਲ ਦਾ ਅਰਥ ਨਸ਼ਾ ਜਿਹਨੂੰ ਆਪਾਂ ਅਮਲੀ ਕਹਿੰਦੇ ਹਾਂ ਨਸ਼ੇ ਕਰਨ ਵਾਲਾ ਗੁਰਬਾਣੀ ਦੀ ਤੁਕ ਆਈ ਹੈ ਅਮਲੀ ਅਮਲ ਨਾ ਅੰਬੜੇ ਮੱਛੀ ਨੀਰ ਨਾ ਹੋਏ ਬੜੇ ਦਿਸ਼ਟਾਂਤ ਨੇ ਗੁਰਬਾਣੀ ਵਿੱਚ ਜਿਵੇਂ ਇੱਥੇ ਅਮਲੀ ਜਿਹੜਾ ਹੈ ਅਮਲ ਖਾਣ ਵਾਲਾ ਉਹਦੇ ਵਾਸਤੇ ਕੀਮਤ ਅਮਲ ਦੀ ਹੈ ਉਹਦੇ ਮੁਕਾਬਲੇ ਹੋਰ ਕੋਈ ਚੀਜ਼ ਨਹੀਂ ਦੁੱਧ ਦਾ ਗਿਲਾਸ ਭਰ ਕੇ ਲਿਆ ਕੇ ਉਹਦੇ ਸਾਹਮਣੇ ਰੱਖ ਦਿਓ ਕਹਿੰਦਾ ਨਹੀਂ ਮੈਨੂੰ ਇਸ ਵੇਲੇ ਸ਼ਰਾਬ ਚਾਹੀਦੀ ਹੈ ਦੁੱਧ ਨਹੀਂ ਚਾਹੀਦਾ ਜਿੰਨੀ ਮਰਜ਼ੀ ਕੀਮਤੀ ਚੀਜ਼ ਉਹਦੀ ਲਿਖਵਾਈ ਤਾਂ ਉਹ ਕੋਈ ਚੀਜ਼ ਕੋਈ ਮਾਇਨੇ ਨਹੀਂ ਰੱਖਦੀ ਕੋਈ ਵੈਲਿਊ ਨਹੀਂ ਉਹਨੂੰ ਕਾਬਲ ਚਾਹੀਦਾ ਕਹਿੰਦੇ ਨੇ ਇਸੇ ਤਰ੍ਹਾਂ ਦੁੱਧ ਦੇ ਤਲਾਬ ਵਿੱਚ ਮੱਛੀ ਨੂੰ ਛੱਡ ਦਿਓ ਕਹਿੰਦੇ ਨਹੀਂ ਮੈਨੂੰ ਪਾਣੀ ਚਾਹੀਦਾ ਗੁਰੂ ਨੇ ਰਿਸ਼ਤਾ ਦਿੱਤਾ ਅਮਲੀ ਅਮਲ ਨਾ ਬਣੇ ਮੱਛੀ ਨੀਰ ਨਾ ਹੋਏ ਇਹ ਚੀਜ਼ਾਂ ਆਪਣੀ ਆਪਣੀ ਵੈਲਿਊ ਰੱਖਦੇ ਨੇ ਹਰ ਮਨੁੱਖ ਦੀ ਜ਼ਿੰਦਗੀ ਦੇ ਸੁਭਾਅ ਮੁਤਾਬਕ ਗੁਰੂ ਕਹਿੰਦੇ ਨੇ ਇੱਥੇ ਕਹਿੰਦੇ ਨੇ ਅਮਲ ਦਾ ਅਰਥ ਹੈ ਬੜਾ ਸਪਸ਼ਟ ਇਸੇ ਅਰਥ ਕਰਦੇ ਆ ਕਿ ਨਸ਼ੇ ਕਹਿੰਦੇ ਨੇ ਕੂੜ ਵੀ ਇੱਕ ਨਸ਼ਾ ਹੈ ਗੁਰੂ ਨਾਨਕ ਪਾਤਸ਼ਾਹ ਜੀ ਦਾ ਸ਼ਬਦ ਹੈ ਸ੍ਰੀ ਰਾਮ ਵਿੱਚ ਕਹਿੰਦੇ ਨੇ ਅਮਲ ਵੀ ਅਮਲ ਜਿਹੜਾ ਕੂੜ ਜਿਹੜਾ ਇੱਕ ਅਮਲ ਹੈ ਤੇ ਅਮਲ ਦਾ ਨਸ਼ੇ ਦਾ ਕੰਮ ਕੀ ਹੁੰਦਾ ਮਨੁੱਖ ਦੀ ਚੇਤਨਤਾ ਡਲ ਕਰਦਾ ਸੁਰਤ ਭੁਲਾ ਦਿੰਦਾ ਆਪਾਂ ਕਹਿੰਦੇ ਹਾਂ ਹੁਣ ਇਹ ਅਮਲ ਖਾ ਬੈਠਾ ਹੁਣ ਇਹਨੂੰ ਅਕਲ ਨਹੀਂ ਹੁਣ ਇਹ ਸੋਚ ਨਹੀਂ ਸਕਦਾ ਸੁਰਤ ਨਹੀਂ ਉਹ ਥਮੀ ਹੋ ਕੇ ਮਾਰਦਾ ਉਹ ਸੁਰਤ ਪਾ ਦਿੰਦਾ ਇੱਥੋਂ ਤੱਕ ਉਹ ਆਪਣਾ ਭਲਾ ਬੁਰਾ ਵੀ ਨਹੀਂ ਸੋਚ ਸਕਦਾ ਜ਼ਿਆਦਾ ਨਸ਼ਾ ਕੀਤਾ ਹੋਵੇ ਤੇ ਖੂਹ ਸਾਹਮਣੇ ਆ ਜਾਏ ਉਹਨੂੰ ਖੂਹ ਨਹੀਂ ਦਿਸਦਾ ਮੌਤ ਵੀ ਸਾਹਮਣੇ ਮੌਤ ਨਹੀਂ ਦਿਸਦੀ ਇੰਨਾ ਕੁ ਜ਼ਰੂਰ ਹੈ ਕਿ ਕੁਝ ਘੰਟਿਆਂ ਲਈ ਅਮਲ ਕਰਨ ਵਾਲਾ ਜਿਹੜਾ ਉਹ ਕਹਿੰਦਾ ਮੈਂ ਬੜਾ ਖੁਸ਼ ਹਾਂ ਗੁਰੂ ਨੇ ਇਹ ਤਿੰਨੋਂ ਚੀਜ਼ਾਂ ਇੱਕ ਲਾਈਨ ਵਿੱਚ ਇਕੱਠੀਆਂ ਕਰ ਗੁਰਬਾਣੀ ਜਿਉਂ ਜਿਉਂ ਖੋਜੀਏ ਬੜਾ ਸਵਾਦ ਕਹਿੰਦੇ ਨੇ ਅਮਲ ਗਲੋਲਾ ਕੂੜ ਕਾ ਨਸ਼ਿਆਂ ਦੀ ਇੱਕ ਗੋਲੀ ਜਿਵੇਂ ਕਿਸੇ ਨੂੰ ਅਫੀਮ ਦੀ ਗੋਲੀ ਦੇ ਦਈਏ ਕੂੜ ਰੂਪ ਨਸ਼ੇ ਦੀ ਇੱਕ ਗੋਲੀ ਮੇਰੇ ਮਾਲਕ ਨੇ ਧਰਤੀ 'ਤੇ ਛੱਡ ਦਿੱਤੀ ਇਹਦੀ ਧਰਤੀ 'ਤੇ ਛੱਡ ਦਿੱਤੀ ਅਮਲ ਗਲੋਲਾ ਕੂੜ ਕਾ ਦਿੱਤਾ ਦੇਵਨਹਾਰ ਤੇ ਉਹਨੇ ਆਪਣਾ ਕੰਮ ਤੇ ਕਰਨਾ ਸੀ ਨਾ ਸੰਸਾਰ ਰੱਬ ਨੂੰ ਕਿਉਂ ਭੁੱਲ ਗਿਆ ਸੰਸਾਰ ਸਿਵਿਆਂ ਦੇ ਰਾਹ ਕਿਉਂ ਤੁਰ ਪਿਆ ਪੁੱਠੇ ਕੰਮ ਕਰਨੇ ਕਿਉਂ ਸ਼ੁਰੂ ਕਰ ਦਿੱਤੇ ਸਿੱਧਾ ਛੋੜਿਆ ਪੁੱਠਾ ਬੁੜਨਾ ਕਿਵੇਂ ਸ਼ੁਰੂ ਹੋਇਆ ਗੁਰੂ ਨਾਨਕ ਪਾਤਸ਼ਾਹ ਜੀ ਦੇ ਸ਼ਬਦ ਦੀ ਇਹ ਪਹਿਲੀਆਂ ਦੋ ਲਾਈਨਾਂ ਸਾਨੂੰ ਸਪਸ਼ਟ ਕਰ ਦਿੱਤਾ ਕਹਿਣ ਲੱਗੇ ਅਮਲ ਗਲੋਲਾ ਕੂੜ ਕਾ ਦਿੱਤਾ ਦੇਵਨਹਾਰ ਹੋਇਆ ਕਿ ਮਤੀ ਭਾਵ ਮਤ ਮਰਨ ਮੌਤ ਵਿਸਾਰਿਆ ਨਾ ਉਹਨੂੰ ਚੰਗੇ ਮੰਦੇ ਦੀ ਜੀਵਨ ਮੌਤ ਦੀ ਕੋਈ ਖਬਰ ਹੋਈ ਨਾ ਉਹਨੂੰ ਕੋਈ ਗਿਆਨ ਸੁਰਤ ਵਿਚਾਰ ਰਹੀ ਕਿਉਂਕਿ ਨਸ਼ੇ ਵਿੱਚ ਹੋ ਗਿਆ ਇਹ ਸਭ ਕੁਝ ਵਿਸਰ ਗਿਆ ਹਾਂ ਖੁਸ਼ੀ ਕੀਤੀ ਦਿਲ ਚਾਰ ਹੋ ਚਾਰ ਘੰਟੇ ਜਿਵੇਂ ਹਰ ਅਮਲ ਕਰਨ ਵਾਲਾ ਖੁਸ਼ੀ ਮਹਿਸੂਸ ਕਰਦਾ ਨਾ ਉਹਨੂੰ ਇਹ ਨਹੀਂ ਪਤਾ ਹੁੰਦਾ ਅੱਗੇ ਖੂਹ ਹੈ ਉਹ ਆਪਦੇ ਗੀਤ ਗਾਉਂਦੇ ਹੀ ਤੁਰਿਆ ਜਾਂਦਾ
ਗੁਰੂ ਨੇ ਆਖਿਆ ਅਮਲ ਕਰੋ ਲਕੂਲ ਕਾ ਦਿੱਤਾ ਦੇਵਨ ਹਾਰ ਮਰਤੀ ਮਰਨ ਵਿਸਾਰਿਆ ਖੁਸ਼ੀ ਕੀਤੀ ਦਿਨ ਚਾਰ। ਅਗਲੇ ਪਾਸੇ ਇੱਕ ਲਹਿੰਦਾ ਹੈ ਉਹ ਸੁਣ ਕਹਿਣ ਲੱਗੇ ਸੱਟ ਮਿਲੇ ਤਿਲ ਸੋਫੀਆਂ ਰੱਖਣ ਕੋ ਦਰਬਾਰ। ਸੋਫੀ ਕਿਹਨੂੰ ਕਹਿੰਦੇ ਨੇ ਜਿਹੜਾ ਨਸ਼ਾ ਨਾ ਕਰਦਾ ਹੋਵੇ। ਗੁਰਬਾਣੀ ਅੰਦਰ ਹੂਬ ਹੂ ਬੋਲੀ ਵਰਤੀ ਅਸੀਂ ਸਮਝਦੇ ਕਈ ਵਾਰੀ ਇਹਨਾਂ ਤੁਕਾਂ ਤੱਕ ਪਹੁੰਚਦੇ ਨੇ ਇਹਨਾਂ ਸ਼ਬਦਾਂ ਤੋਂ। ਇਸੇ ਲਈ ਮੈਂ ਕਹਿੰਦਾ ਵੀ ਸਾਨੂੰ ਜ਼ਰੂਰਤ ਹੈ ਇਸ ਵੇਲੇ ਸਹਿਜ ਪਾਠ ਘਰ ਵਿੱਚ ਰੱਖੇ ਜਾਣ, ਕੋਈ ਅਖੰਡ ਪਾਠਾਂ ਦੀ ਲੋੜ ਨਹੀਂ। ਸਹਿਜ ਪਾਠ ਘਰ ਰੱਖੇ ਜਾਣ ਅਤੇ ਕਈ ਕੱਲ ਹੀ ਨਾ ਹੋਵੇ ਕਿ ਅਸੀਂ ਅੱਜ ਦੋ ਪੱਤਰੇ ਜਾਂ ਇੱਕ ਪੱਤਰਾ ਜ਼ਰੂਰ ਕਰਨਾ, ਭਾਵੇਂ ਇੱਕ ਸ਼ਬਦ ਨੂੰ ਹੀ ਵਿਚਾਰ ਲਿਆ ਜਾਏ, ਭਾਵੇਂ 10 ਸਾਲਾਂ ਵਿੱਚ ਸਮਾਪਤੀ ਹੋ ਜਾਏ, ਕਿਉਂਕਿ ਸ਼ਬਦਾਵਲੀ ਸਮਝਣੀ ਬਹੁਤ ਜ਼ਰੂਰੀ ਹੈ। ਹੁਣ ਇਹ ਸ੍ਰੀ ਰਾਗ ਦਾ ਪਹਿਲੇ ਹਿੱਸੇ ਦਾ ਸ਼ਬਦ ਹੈ, ਗੁਰੂ ਨਾਨਕ ਪਾਤਸ਼ਾਹ ਜੀ ਦਾ ਸ਼ਬਦ ਹੈ। ਸ਼ਬਦਾਵਲੀ ਸਾਡੇ ਆਮ ਜੀਵਨ ਵਿੱਚ ਵਰਤਣ ਵਾਲੀ ਹੈ, ਪਰ ਸਮੇਂ ਮੇਰੇ ਖਿਆਲ ਅੰਦਰ ਸਾਡੀਆਂ ਨਿਗਾਹ ਵਿੱਚ ਨਹੀਂ ਆਉਂਦਾ, ਕਿਉਂਕਿ ਇੱਥੋਂ ਨਾ ਹੁਕਮਨਾਮਾ ਆਉਣਾ ਹੈ, ਹੁਕਮਨਾਮਾ ਵੀ ਅਸੀਂ ਦੁਨੀਆਂ ਵਿੱਚ ਲੈਣਾ। ਇਸ ਲਈ ਹੁਕਮਨਾਮੇ ਦੀ ਕਥਾ ਕਰਨ ਵਾਲੇ ਵੀ ਜਿਹੜੇ ਨੇ ਉਹ ਇੱਥੇ ਦੀ ਨਤੀਜਾ ਨਿਕਲਦਾ ਕਿ ਕਈ ਸ਼ਬਦਾਂ ਦੀ ਸ਼ਬਦਾਵਲੀ ਸਾਡੇ ਤੋਂ ਜੁਦਾ ਜਾਂਦਾ। ਲਫ਼ਜ਼ ਕੀ ਨੇ ਕਿ ਮੇਰੇ ਮਾਲਕ ਨੇ ਅਮਲ ਦੀ ਨਸ਼ੇ ਦੀ ਇੱਕ ਗੋਲੀ ਜਿਵੇਂ ਅਫੀਮ ਦੀ ਗੋਲੀ ਹੁੰਦੀ ਹੈ, ਇਸ ਤਰ੍ਹਾਂ ਕੂੜ ਨਾਮ ਦੇ ਨਸ਼ੇ ਦੀ ਇੱਕ ਗੋਲੀ ਛੱਡ ਦਿੱਤੀ ਸੰਸਾਰ ਵਿੱਚ। ਅਮਲ ਗਲੋਲਾ ਕੂੜ ਕਾ ਦਿੱਤਾ ਦੇਵਨ ਹਾਰ। ਉਹਨੇ ਆਪਣਾ ਕੰਮ ਸ਼ੁਰੂ ਕੀਤਾ, ਮੱਤੀ ਮਰਨ ਵਿਸਾਰਿਆ, ਮੌਤ ਵੀ ਭੁੱਲ ਗਈ ਕਿ ਇਹਨਾਂ ਕੰਮਾਂ ਵਿੱਚ ਮੇਰਾ ਜੀਵਨ ਮੌਤ ਤੱਕ ਪਹੁੰਚਿਆ, ਸਭ ਕੁਝ ਭੁੱਲ ਗਿਆ। ਨਸ਼ਈ ਨੂੰ ਕੀ ਪਤਾ ਹੁੰਦਾ ਤੇ ਨਾ ਉਹਦੇ 'ਚ ਕੋਈ ਮਾਤਰਾ ਹੀ ਸੋਚਣ ਸ਼ਕਤੀ ਵੀ ਗਈ। ਖੁਸ਼ੀ ਕੀਤੀ ਦਿਨ ਚਾਰ, ਉਹ ਚਾਰ ਕੁ ਘੰਟੇ ਵਾਸਤੇ ਜਾਂ ਕਿ ਇੱਕ ਦਿਨ ਵਾਸਤੇ ਦੋ ਦਿਨ ਵਾਸਤੇ ਜਿਵੇਂ ਖੁਸ਼ੀ ਕਰਦਾ ਹੈ ਇੱਕ ਅਮਲੀ, ਉਹ ਅਮਲ ਅਮਲ ਦੇ ਨਸ਼ੇ ਵਿੱਚ ਖੁਸ਼ ਹੈ। ਆਹਾ ਬੜਾ ਪਤਾ, ਪਰ ਹਾਲਤ ਇਹ ਹੈ ਨਾ ਉਹਨੂੰ ਮਰਨ ਦਾ ਪਤਾ, ਨਾ ਮੌਤ ਦਾ ਪਤਾ, ਨਾ ਉਹਨੂੰ ਮਤ ਰਹੀ। ਖੁਸ਼ੀ ਕੀਤੀ ਦਿਨ ਚਾਰ ਅਤੇ ਅਗਲੀ ਲਹਿਰ ਵਿੱਚ ਕਹਿਣਗੇ ਸੱਚ ਮਿਲੇ ਤਿੰਨ ਸੋਫੀਆਂ। ਇਹ ਵੀ ਸਾਡੀ ਬੋਲੀ ਕਹਿੰਦੇ ਸੋਫੀ, ਅਸੀਂ ਕਿਹਨੂੰ ਕਹਿੰਦੇ ਜਿਹੜਾ ਨਾ ਨਸ਼ਾ ਕਰਦਾ ਹੋਵੇ। ਕਹਿਣ ਲੱਗੇ ਉਹ ਕੂੜ ਦਾ ਗੁਲੇਲਾ ਤਿਆਗ ਕੇ ਸੱਚ ਨਾਲ ਜੁੜਨ ਵਾਲੇ ਕੋਈ ਸੋਫੀ ਹੋ ਸਕਦੇ ਨੇ ਜਿਹੜੇ ਕੂੜ ਦੇ ਨਸ਼ੇ ਤੋਂ ਪਰਹੇਜ਼ ਕਰਦੇ ਹੋਣ। ਸੱਚ ਮਿਲੇ ਤਿੰਨ ਸੋਫੀਆਂ, ਜਿਹੜੇ ਕੂੜ ਦੇ ਨਸ਼ੇ ਤੋਂ ਦੂਰ ਰਹਿਣ ਵਾਲੇ ਹੋਣ, ਉਹ ਸੋਫੀ ਲੋਕ ਜਿਹੜੇ ਨੇ ਉਹਨਾਂ ਨੂੰ ਫਿਰ ਉਹਦੇ ਬਦਲੇ ਵਿੱਚ ਸੱਚ ਮਿਲਦਾ ਜਿਹੜੇ ਕੂੜ ਤਿਆਗਦੇ ਨੇ। ਸੱਚ ਮਿਲੇ ਤਿੰਨ ਸੋਫੀਆਂ ਰੱਖਣ ਕੋ ਦਰਬਾਰ, ਪ੍ਰਭੂ ਫਿਰ ਜਿਹੜਾ ਆਪਣੇ ਦਰਬਾਰ ਵਿੱਚ ਉਹਨਾਂ ਨੂੰ ਰੱਖਦਾ ਥਾਂ ਦਿੰਦਾ, ਸੋਫੀਆਂ ਨੂੰ ਦਿੰਦਾ ਕੂੜ ਦੇ ਨਸ਼ੇ ਵਾਲਿਆਂ ਨੂੰ ਨਹੀਂ। ਇਹਦਾ ਸਪੈਸ਼ਲ ਪਾਣੀ ਦਾ ਲਫ਼ਜ਼ ਕੂੜ ਦੇ ਨਸ਼ੇ ਵਾਲਿਆਂ ਨੂੰ ਨਹੀਂ, ਸੱਚ ਵਾਲੇ ਸੋਫੀਆਂ ਨੂੰ ਦਿੰਦਾ। ਮੈਂ ਇੱਕ ਪਾਸੇ ਨੇ ਇਸ ਕੂੜ ਦੀ ਗੱਲ ਨੂੰ ਬੜੀ ਚੰਗੀ ਤਰ੍ਹਾਂ ਦੇ ਰਿਹਾ ਨੇ, ਇੱਕ ਥਾਂ 'ਤੇ ਆਇਆ ਹੈ ਉਹ ਵੀ ਗੁਰੂ ਨਾਨਕ ਪਾਤਸ਼ਾਹ ਜੀ ਦਾ ਸ਼ਬਦ ਸ੍ਰੀ ਰਾਮ ਦਾ ਹੀ। ਇੱਕ ਸਵਾਣ ਦੋ ਸਵਾਣੀ ਨਾਲ ਇੱਕ ਲੋਭ ਦਾ ਕੁੱਤਾ ਮੇਰੇ ਕੋਲ ਹੈ। ਕਹਿੰਦੇ ਕਿ ਕਿੱਡਾ ਜਿਹੜਾ ਕੂੜ ਦੇ ਨਾਲ ਸੰਬੰਧਿਤ ਹੈ ਉਹ ਕਿੱਡਾ ਭਿਆਨਕ ਹੋ ਜਾਂਦਾ ਹੈ, ਜਿਹੜਾ ਕੂੜ ਹਰ ਥਾਂ 'ਤੇ ਵਰਤ ਰਿਹਾ ਹੈ। ਕੂੜ ਫਿਰੇ ਪ੍ਰਹਲਾਦ ਵੇਲਾ ਸਾਡੇ ਸਾਹਮਣੇ ਇਹ ਸਵਾਲ ਕਿਉਂ ਰੱਖਿਆ ਗਿਆ, ਮੈਂ ਉੱਥੇ ਰੁਕਣਾ ਚਾਹੁੰਦਾ। ਜੇ ਕਦੇ ਉਹ ਲਾਈਨ ਨੂੰ ਫਿਰ ਦੁਬਾਰਾ ਪੜ੍ਹੋ, ਜਿਹੜੀ ਟੇਪ ਰੱਖੀ ਹੋਈ ਹੈ ਉਹ ਕੀ ਹੈ? ਗੁਰੂ ਕਹਿੰਦੇ ਵੀ ਪੜ੍ਹਿਓ, ਮੈਂ ਤੁਹਾਡੇ ਸਾਹਮਣੇ ਇੱਕ ਸਵਾਲ ਰੱਖਣਾ, ਦੱਸੋ ਇਹ ਕੂੜ ਜਿਹੜਾ ਹੈ ਕਿਵੇਂ ਦੀ ਮਹਿਲ ਉਤਰੇ, ਮੈਂ ਤੁਹਾਡੇ ਸਾਹਮਣੇ ਸਵਾਲ ਰੱਖਣਾ, ਕੋਈ ਸੋਚੋ ਕੋਈ ਰਾਹ ਕੱਢੋ। ਕੂੜੇ ਕੀ ਮਹਿਲ ਕਿਉਂ ਉਤਰੇ, ਕੋਈ ਕੱਢੋ ਇਹੋ ਵਿਚਾਰ ਦੱਸੋ।
ਆਪਾਂ ਸਾਰੇ ਮਿਲ ਕੇ ਬੈਠੇ ਹਾਂ, ਕੋਈ ਇਹੋ ਜਿਹਾ ਰਾਹ ਕੱਢੋ ਆਪਾਂ ਜਿੱਥੇ ਚੀਜ਼ ਜਿਸ ਜਿੱਥੇ ਮਨੁੱਖ ਘਬਰਾ ਜਾਏ ਨਾ ਉੱਥੇ ਫਿਰ ਕਈ ਵਾਰ ਦੋ ਚਾਰ ਜੀਅ ਕਰਦੇ ਪਰਿਵਾਰ ਨੂੰ ਜੋੜਦਾ, ਕਹਿੰਦੇ ਮੈਂ ਇਸ ਔਕੜ ਵਿੱਚ ਫਸ ਗਈ ਕੋਈ ਰਾਹ ਦੱਸੋ। ਇੱਥੇ ਵੀ ਫਸਿਆ ਸੀ ਮੈਂ, ਇਹ ਕੂੜੇ ਕੇ ਨਾਲ ਕਿਉਂ ਉਤਰੇ, ਬੜੇ ਦੁਖੀ ਹਾਂ, ਇਹਦੀ ਪਹੁੰਚ ਵੀ ਬੜੀ ਹੈ, ਇਹਨੇ ਸਾਡਾ ਜੀਵਨ ਹੀ ਬੜਾ ਭਿਆਨਕ ਕਰ ਦਿੱਤਾ, ਇੱਕ ਦੂਜੇ ਕੋਲੋਂ ਡਰੀ ਜਾਂਦੇ, ਇੱਕ ਦੂਜੇ 'ਤੇ ਸਾਨੂੰ ਭਰੋਸਾ ਨਹੀਂ ਰਿਹਾ। ਗੁਰੂ ਸਾਹਿਬਾਣੀ ਵਿੱਚ ਕਹਿੰਦੇ ਕਹਿੰਦੇ ਨੇ ਇੱਕ ਸੁਹਾਨ ਦੋਏ ਸੁਹਾਣੀ ਨਾਲ, ਇੱਕ ਕੁੱਤਾ ਦੋ ਨਾਲ ਕੁੱਤੀਆਂ, ਭਾਵ ਆਸਾ ਅਤੇ ਤ੍ਰਿਸ਼ਨਾ ਅਤੇ ਲੋਭ ਤਿੰਨੋਂ ਭਲਕੇ ਭੌਂਕੇ ਸਦਾ ਵੀ, ਸਵੇਰੇ ਉੱਠਦਾ ਦਿਨ ਚੜ੍ਹਦਾ ਰਹਿ ਜਾਂਦਾ, ਲੋਭ ਵਸ ਅਤੇ ਆਸਾ ਤ੍ਰਿਸ਼ਨਾ ਦੇ ਵਸ ਮਨੁੱਖ ਦਿਨ ਰਾਤ ਕੂੜ ਬੋਲ ਰਿਹਾ, ਕੂੜ ਬੋਲਦਾ ਹੀ ਇਸੇ ਲਾਲਚ ਵਿੱਚ ਹੈ। ਇੱਕ ਸੁਹਾਣ ਦੋ ਸੁਹਾਣੀ ਨਾਲ ਭਲਕੇ ਭੌਂਕੇ ਸਦਾ ਬਰਾਲ, ਫਿਰ ਕੀ ਹੈਗਾ ਕੂੜ ਛੁਰਾ, ਹੱਥ ਵਿੱਚ ਕੂੜ ਦਾ ਛੁਰਾ ਹੈ, ਮੁੱਠਾ ਮੁਰਦਾਰ ਧਨਕ ਰੂਪ ਰਹਾ ਕਰ, ਬੜਾ ਭਿਆਨਕ ਮੇਰਾ ਰੂਪ ਹੋਂ ਬਿਗੜਾ ਰੂਪ ਰਹਾ ਬਿਕਰਾਲ। ਅੱਜ ਮਨੁੱਖਤਾ ਦਾ ਅੱਜ ਇਨਸਾਨੀਅਤ ਜੇ ਸੰਸਾਰ ਅੰਦਰ ਦੇਖਣਾ ਤੇ ਹਰ ਪਾਸੇ ਭਿਆਨਕ ਤੇ ਬੜਾ ਹੀ ਖੌਫਨਾਕ ਜਿਹਾ ਮਾਹੌਲ ਬਣਿਆ ਹੋਇਆ, ਹਰ ਵਕਤ ਡਰ ਪੈਦਾ ਹੋਇਆ ਹੋਇਆ, ਮੈਨੂੰ ਅਜੇ ਤੱਕ ਯਾਦ ਹੈ ਕਦੇ ਇੱਕੀ ਮੇਰੀ ਮਿੱਟਾ ਨਾ ਵੀ ਹੈ, ਕਦੇ ਵਕਤ ਸੀ ਹਰ ਸਾਲ ਗਰਮੀਆਂ ਦੇ ਵਿੱਚ ਅਸੀਂ ਕਸ਼ਮੀਰ ਜਾਂਦੇ ਸਭ ਪਰਿਵਾਰ ਸਮੇਤ ਬੱਚਿਆਂ ਨੂੰ ਨਾਲ ਲੈ ਕੇ, ਇੱਕ ਮਹੀਨਾ ਉੱਥੇ ਰਹਿਣਾ ਪ੍ਰਿੰਸੀਪਲ ਸੁਖਬੀਰ ਸਿੰਘ ਦਾ ਪਰਿਵਾਰ ਦਿੱਤੇ ਅਸੀਂ, ਅਤੇ ਕਈ ਵਾਰੀ ਹੱਸਣਾ ਕਹਿਣਾ ਵੀ ਅਸੀਂ ਜੂਨ ਕੱਟਣ ਚੱਲੇ, ਜੂਨ ਦਾ ਮਹੀਨਾ ਉੱਥੇ ਜਾ ਕੇ, ਪਰ ਅੱਜ ਮੇਰੇ ਘੱਟੋ ਘੱਟ 30 ਸਾਲ ਗੁਜ਼ਰ ਗਏ ਨੇ, 25-30 ਸਾਲ 30 ਸਾਲ ਗੁਜ਼ਰ ਗਏ ਨੇ, ਮੁੜ ਕੇ ਉੱਥੇ ਇਕੱਲਤਾ ਵਿੱਚ ਜਾਣ ਦਾ ਸਮਾਂ ਨਹੀਂ ਮਿਲਿਆ, ਨਾ ਗਏ ਨਾ ਅਜੇ ਜਾ ਸਕਦੇ ਹਾਂ। ਹਾਂ, ਬੜੇ ਹੋਏ ਪ੍ਰੋਗਰਾਮ ਨਾਲ ਕਿਸੇ ਸਿਕਿਉਰਿਟੀ ਵਿੱਚ ਜਾਈਏ ਹਾਲਾਤ ਨਾਲ, ਤਾਂ ਮੇਰੇ ਕਹਿਣ ਦਾ ਮਤਲਬ ਸਭ ਕੁਛ ਕਿਉਂ ਬਦਲ ਗਿਆ, ਜਿੱਥੇ ਜਾ ਕੇ ਕਦੀ ਖੁਸ਼ੀ ਮਿਲਦੀ ਸੀ, ਜਿੱਥੋਂ ਦੀ ਸੀਨਰੀ, ਜਿੱਥੋਂ ਦਾ ਸਾਰਾ ਮਾਹੌਲ ਦੇਖ ਕੇ ਮਨ ਪ੍ਰਸੰਨ, ਫਲਾਣਾ ਜੀ ਕਸ਼ਮੀਰ ਇੱਕ ਸਵਰਗ ਹੈ, ਲੋਕ ਕਹਿੰਦੇ ਸਨ ਧਰਤੀ ਦਾ ਸਵਰਗ, ਅੱਜ ਉਸ ਧਰਤੀ ਦੇ ਸਵਰਗ ਨੂੰ ਦੇਖਣ ਤੋਂ ਮਨੁੱਖ ਡਰਦਾ ਹੈ, ਤਰਲਦਾ ਹੈ, ਕਿਉਂ? ਕਿਉਂਕਿ ਭਿਆਨਕ ਥਾਂ ਥਾਂ ਮਿਲਟਰੀ ਸਟੇਨ ਗਨਾ ਮਸ਼ੀਨ ਗਨਾ ਬੀਟ ਕੇ ਬੈਠੀ ਹੈ, ਪਤਾ ਨਹੀਂ ਕਿੱਥੇ ਉਹਨਾਂ ਨੇ ਅੱਤਵਾਦੀ ਕਹਿ ਕੇ ਗੋਲੀ ਮਾਰ ਦੇਣੀ, ਹਾਲਾਤ ਬਦਲ ਗਏ। ਤੇ ਗੁਰੂ ਨੇ ਇਹੋ ਗੱਲ ਬਾਣੀ ਵਿੱਚ ਆਖੀ, ਤੂੰ ਕਹਿਣ ਲੱਗੇ ਸੰਸਾਰ ਦੀ ਹਾਲਤ ਇਹ ਹੋ ਗਈ ਹੈ, ਕੂੜ ਛੁਰਾ ਮੁੱਠਾ ਮੁਰਦਾਰ, ਧਨਕ ਰੂਪ ਰਹਾ ਬਿਕਰਾ, ਧਨਕ ਰੂਪ ਰਹਾ ਕਰਤਾਰ, ਹੋ ਪਥ ਕੀ ਪੰਧ ਨਾ ਕਰਨੀ ਕੀ ਕਾਰ, ਹੋ ਵਿਗੜਾ ਰੂਪ ਰਹਾ ਬਿਕਰਾਲ, ਮੇਰਾ ਤਾਂ ਰੂਪ ਹੀ ਵਿਕ ਸ਼ਕਲ ਹੀ ਵਿਗੜ ਗਈ, ਮੈਂ ਇੰਨਾ ਬਿਕਰਾਲ ਹੋ ਗਿਆ, ਅੱਜ ਸੰਸਾਰ ਦੀ ਸ਼ਕਲ ਵਿਗੜ ਗਈ, ਇੰਨਾ ਬਿਕਰਾਲ, ਇੰਨਾ ਜ਼ਿਆਦਾ ਖੌਫਨਾਕ ਹੋ ਗਿਆ। ਕਿਉਂ ਹੋ ਗਿਆ? ਕਿਉਂਕਿ ਕੂੜ ਫਿਰੇ ਪ੍ਰਧਾਨ ਮੈਂ ਲਾ ਲਓ, ਹਰ ਚੰਗੀ ਥਾਂ 'ਤੇ ਕੂੜ ਦੀ ਪ੍ਰਧਾਨਤਾ ਹੋ ਗਈ, ਅਤੇ ਗੁਰੂ ਨੇ ਇਹੋ ਗੱਲ ਬਾਣੀ ਵਿੱਚ ਰੱਖ ਕੇ ਸਾਡੇ ਤੁਹਾਡੇ 'ਤੇ ਸਵਾਲ ਕੀਤਾ, ਕਹਿਣ ਲੱਗੇ ਭਰਿਓ ਇੰਨਾ ਸੰਸਾਰ ਖੌਫਨਾਕ ਖਤਰਨਾਕ ਅਤੇ ਦੁੱਖਾਂ ਭਰਪੂਰ ਹੋ ਜਾਏ ਅਤੇ ਆਪਾਂ ਬੈਠ ਕੇ ਵਿਚਾਰ ਹੀ ਨਾ ਕਰੀਏ, ਰੁਕਣਾ ਚਾਹੁੰਦਾ ਸਮਾਂ ਹੁੰਦਾ ਲੈ ਸੋਚਣਾ, ਆਪਾਂ ਬੈਠ ਕੇ ਵਿਚਾਰ ਕਰੀ, ਕੂੜ ਦੇ ਸੰਬੰਧ 'ਚ ਵਿਚਾਰ ਤਾਂ ਕਰਨੀ ਪਏਗੀ ਨਾ, ਜਿਸਨੇ ਸੰਸਾਰ ਨੂੰ ਇੰਨਾ ਬਦਨਾਮ ਕਰ ਦਿੱਤਾ ਹੈ, ਜਿਸਨੇ ਸੰਸਾਰ ਨੂੰ ਇੰਨਾ ਬਦਨਾਮ ਕੀਤਾ, ਦੁਖੀ ਕੀਤਾ, ਚੈਨ ਦੀ ਨੀਂਦ ਨਹੀਂ ਆਉਂਦੀ, ਦਿਨ ਨਹੀਂ ਕੱਟਿਆ ਜਾਂਦਾ, ਹਰ ਪਾਸੇ ਕੋਈ ਰਿਸ਼ਤੇਦਾਰੀ ਮਿੱਤਰ ਦੋਸਤ ਸੰਬੰਧ ਕੋਈ ਵਿਆਹ ਵੀ ਖੌਫ ਤੋਂ ਖਾਲੀ ਨਹੀਂ ਰਿਹਾ, ਦੀ ਹਾਲਤ ਇਹ ਹੈ, ਅੱਜ ਕਿਸੇ ਦੇ ਸੁੱਖਾਂ ਦਾ ਖੁਸ਼ੀਆਂ ਦਾ ਤਿਉਹਾਰ ਹੋਵੇ ਨਾ, ਉਹ ਵੀ ਖੌਫ ਤੋਂ ਖਾਲੀ ਨਹੀਂ ਰਿਹਾ, ਉੱਥੇ ਵੀ ਕੁੱਝ ਆਇਆ। ਕਹਿਣ ਲੱਗੇ ਜਿਸ ਕੂੜ ਨੇ ਇਹ ਹਾਲਾਤ ਪੈਦਾ ਕੀਤੇ ਨੇ ਉਹ ਭਰਿਓ, ਆਓ ਗੁਰੂ ਕੇ ਦਰਬਾਰ ਵਿੱਚ ਬੈਠੇ ਆ, ਚਲੋ ਮੰਨ ਲਓ ਅੱਜ ਦੇ ਸ਼ਬਦ ਮੁਤਾਬਕ ਗੁਰੂ ਕੇ ਦਰਬਾਰ ਵਿੱਚ ਬੈਠੇ ਆ, ਇੱਥੇ ਬੈਠ ਕੇ ਆਪਾਂ ਵਿਚਾਰ ਤਾਂ ਕਰੀਏ ਨਾ ਵੀ ਕੋਈ ਰਾਹ ਨਿਕਲੇ, ਵੀ ਇਸ ਕੂੜ ਦੇ ਪ੍ਰਭਾਵ ਤੋਂ ਸੰਸਾਰ ਬਚ ਸਕੇ,
कोई राह निकल जे साडे कोलो अपने कोलो ना निकली गुरु कोलो पुछ लई इत्थे आउण दा मतलब है। और गुरु दे लफज देखो किड्डे स्पष्ट ने, स्पष्ट किड्डे किड्डे लफज ने कि संसार दे लोगो ए कूड़े के मालक क्यों उतरे कोई कड्डो इहो विचार हो भले कोई राह कड्डो असी इस कूड़ विचों निकल के सच की गोदी विच आ जाएंगे जिथे खौफ खत्म हो गए जिथे सानू अपने बिगाने का पता हो गए जिवें कभी वक्त सन भरा भरा लई पिता लई पिता बच्चियां लई जिंदा सी गुआंढी गुआंढी लई उस गुआंढी दे गुआंढी लई जीवन का नतीजा यह सी कि लोग आखते सन प्रधान भरा तो बाद विच तेरे कोल पहुंचेगा गुआंढी तेरा असल भरा है जिन्हें दुख वेले सब तो तेरे नेड़े होण करके पहला तेरी हैल्प लई पहुंचना है गल गई। अज ती हालत यह है कि किसी को जाके पुछो ना तेरे नाल दे कौन कौन रहा कोई नहीं जानता ये सारा कुछ की है। संसार इन्ना क्यों बदल गया है? इस बदले हुए संसार को वेख के गुरु नानक ने यह गल कही पूर फेरे प्रधान साढ़े तुहाडे सामने एक सवाल खड़ा कर दिता वो ये कि एक कूड़े की मल क्यों उतरे कि जिहड़ी कूड़ की मल लग गई है संसार नूं जिंदे नाल ये बदसूरत हो गया ये किवें उतरे किवें धोईए कोई कड्डो इहो विचार कोई विचार कड्डो कोई राह कड्डो। केड्डी अजीब गल है जे साडे कोलों राह ना निकले जिवें मैं अर्ज़ कीती गुरु नानक इन्ना गैर जिम्मेवार नहीं लो हुण अगली तुक समझ लो उत्थे भी लभदा है ना गुरु नानक पातशाह जी दे जपजी साहिब च भी लाउंदे कि उस चारा होई है कि कूड़े टुटे पाल ते नाल ही कह दिता हाँ तरीका है हुक्म रजाई चलना नानक लिखिया हुण इस शब्द विच भी देखियो किड्डा स्पष्ट जवाब है। पहला सवाल है ते कूड़े की मल क्यों उतरे कोई कढ़ो गुर इहो विचार ते कहिंदे जे तुसी ना कढ़ सको तां गुरु नानक कोलों सुन लो। अगली लाइन कहिंदे सतगुर मिले तनाम दृढ़ा आदमी कहे कूड़ विच बचन दा कि गुरु नाल संबंध पैदा कर लो। ਅਸੀਂ ਕੂੜ ਵਿੱਚੋਂ ਕਿਉਂ ਨਹੀਂ ਨਿਕਲ ਰਹੇ ਕਿਉਂਕਿ ਸਾਡਾ ਗੁਰੂ ਨਾਲ ਸੰਬੰਧ ਨਹੀਂ ਹੋ ਰਿਹਾ ਗੁਰਬਾਣੀ ਨਾਲ ਸਾਡਾ ਕੋਈ ਅਸੀਂ ਗੁਰਬਾਣੀ ਤੋਂ ਹੀ ਮੁਨਕਰ ਹੋ ਰਹੇ ਅਸੀਂ ਤਾਂ ਹਜੇ ਤੱਕ ਇਹ ਨਹੀਂ ਪਰਖ ਸਕੇ ਕਿ ਸਾਡਾ ਗੁਰੂ ਕਿਹੜਾ ਹੈ। ਗੁਰੂ ਨੇ ਇਹੋ ਗੱਲ ਬਾਣੀ ਵਿੱਚ ਆਪੀ ਕਹਿਣ ਲੱਗੇ ਸਤਿਗੁਰੇ गुरु नाल संबंध कायम हो जाए गुरु तेरी झोली पाएगा प्रभु का नाम प्रभु नाल जोड़ेगा उनके गुण तेरी झोली पाएगा गुण जड़े ने वह तेरे अंदरों एक कूड़ दे इस मैल को धो के बाहर कढ़न दे। फैसला अगलिया दो लाइनों में नाल ही देखूंगा। कह लगे जेड़ा गुरु नाल जुड़ता है ना गुरु नानक कहते ने उन्होंने भी नमस्कार कर क्योंकि हुण वो सच दे राह तुर पिया है ते सच ने कूड़ दी मल धो देणगे गुरु नाल रब नाल एक संबंध कायम कर देना है। अगलिया तीन लाइनों में इस गल का जवाब है कहते हैं
खूबसूरत उस तरह जवाब है वो है कि मलकूड़ी नाम उतारियन जब नाम हुआ सचियार यो कुड़ियार तो सुचियार होया जाने नहीं तो संसार नो ता इस कूड़ ने बदसूरत कर देता है विकराल कर देता है ते उस विकराल संसार विच मनुख दा जीवना बिहाल हो गए। गुरु बख्शिश करे सानू गुरु दे रहे गुरु दे नाल जुड़ना बाणी नाल जुड़ के जीवन दा ओरा मिल जाए जिहड़ा सचियारां दा रहा है। इन्हां शब्दां नाल खिमाना जा जी का फतेह बुलाओ। वाहेगुरु जी का खालसा वाहेगुरु जी।